लुधियाना सीआईए वन दी टीम नू उस वेले वड्डी सफलता हासिल हुई जदों लुट खो करन वाले गिरोह दे दो दोषियों नू काबू किया गया। पत्रकारां नाल गलबात करदिया पुलिस अधिकारी ने दस्या कि यह दोषी पिछले लंबे समय तो हैबोवाल दे एरिए दे विच काफ़ी वारदातों नू अंजाम दे चुके हैं, जिन्हां कोलों दो LED, एक एप्पल टैप, 6 मोबाइल फोन, 5 कड़ियां, एक छोटा कैमरा अते होर कई समान बरामद किए गए हैं। इन्हां दोषियों के उपर पहला भी कई आपराधिक मामले दर्ज हैं, बाकी रिमांड दौरान कई अहम खुलासे भी हो सकते हैं। ਜਿਹੜੀ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀ ਡਾਇਰੈਕਸ਼ਨਸ ਦੇ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ਼ ਇੱਕ ਖਾਸ ਮੁਹਿੰਮ ਚੱਲ ਰਹੀ ਹੈ ਔਰ ਇਹਦੇ ਤਹਿਤ CA1 ਦੀ ਟੀਮ ਨੂੰ ਲੁਧਿਆਣਾ ਪੁਲਿਸ ਦੀ ਕ੍ਰਾਈਮ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਹੋਈ ਹੈ। ਪਿਛਲੇ ਕੁਛ ਅਰਸੇ ਤੋਂ ਹੈਬੋਵਾਲ ਏਰੀਆ 'ਚ ਕੁਝ ਜੱਸੀਆਂ ਔਰ ਉਸ ਸਾਰੀ ਬੈਲਟ ਦੇ ਵਿੱਚ ਨਾ ਚੋਰਾਂ ਦੇ ਇੱਕ ਗਰੋਹ ਨੇ ਕਾਫ਼ੀ ਇੱਕ ਐਕਟਿਵ ਹੋਇਆ ਸੀ ਔਰ ਬਹੁਤ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਔਰ ਪਿਛਲੇ ਦਿਨ ਹੀ ਅਸੀਂ ਇਹੀ ਟੀਮ ਨੇ ਕੋਈ ਸੀਕਰਟ ਇਨਫੋਰਮੇਸ਼ਨ ਪਤਾ ਚੱਲੀ ਅਤੇ ਔਰ ਜਵਾਲਾ ਸਿੰਘ ਚੌਂਕ 'ਚ ਉੱਥੇ ਇਹਨਾਂ ਦੀ ਟੀਮ ਨੇ ਇਹਨਾਂ ਨੇ ਇੱਕ ਗੈਂਗ ਦੇ ਦੋ ਮੈਂਬਰ ਕਾਬੂ ਕੀਤੇ ਨੇ, ਜਿਨ੍ਹਾਂ ਵਿੱਚ ਸੂਰਜਪਾਲ ਸ਼ੁਗਨ ਔਰ ਇੱਕ ਕਾਕਾ ਐਲੀਅਸ ਗੁੱਲੂ। ਇਹ ਕਾਫ਼ੀ ਸਮੇਂ ਤੋਂ ਐਕਟਿਵ ਨੇ ਅਤੇ ਇਹਨਾਂ ਦੇ ਫੜਨ ਨਾਲ 15 ਦੇ ਕਰੀਬ ਚੋਰੀਆਂ ਦੇ ਕੇਸ ਇਹਨਾਂ ਤੋਂ ਡਿਟੈਕਟ ਹੋਏ ਹੈ। ਇਹਨਾਂ ਤੋਂ ਬਹੁਤ ਹੈਵੀ ਰਿਕਵਰੀਜ਼ ਹੋਈਆਂ ਨੇ, LCDs, ਲੈਪਟੋਪ, ਜਿਊਲਰੀ, ਗਹਿਣੇ, ਸੋਨੇ ਦੇ, ਚਾਂਦੀ ਦੇ ਘੜੀਆਂ, ਮੋਬਾਈਲ ਫੋਨ, ਕੈਮਰੇ, ਮੋਬਾਈਲ ਹੈਂਡੀਕੈਮ ਔਰ ਐਪਲ ਦੇ ਟੈਬ। ਬਹੁਤ ਹੈਵੀ ਰਿਕਵਰੀ ਹੋਈ ਆ ਔਰ ਇਹਨਾਂ ਨੂੰ KSFA ਨੰਬਰ 263 'ਚ ਅਰੈਸਟ ਕੀਤਾ ਗਿਆ ਅਤੇ ਇਹਨਾਂ ਦੇ ਅਜੇ ਹੋਰ ਵੀ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ। ਇਹ ਕਿੱਥੇ ਅੱਗੇ ਜਾ ਕੇ ਗਹਿਣੇ ਆਪਣੇ ਦਿੰਦੇ ਸੀ ਉਹ ਵੀ ਸਾਰਾ ਅੱਗੇ ਇਹਨੂੰ ਅਨੈਲਿਸਿਸ ਕੀਤਾ ਜਾ ਰਿਹਾ, ਕਿੱਥੋਂ ਇਹ ਪਰਚੇਜ਼ ਕਰਦੇ ਸੀ ਔਰ ਪੈਸੇ ਕਿਵੇਂ ਵੰਡਦੇ ਸੀ, ਕਿਹਨੂੰ ਦਿੰਦੇ ਸੀ, ਔਰ ਇਹਦੇ 'ਚ ਹੋਰ ਵੀ ਸਾਨੂੰ ਕੇਸ ਟ੍ਰੇਸ ਹੋਣ ਦੀ ਉਮੀਦ ਆ ਔਰ ਇਹਨਾਂ ਦੇ ਫੜੇ ਜਾਣ ਨਾਲ ਉਸ ਇਲਾਕੇ ਵਿੱਚ ਕਾਫ਼ੀ ਲੋਕਾਂ ਨੂੰ ਇੱਕ ਰਾਹਤ ਮਿਲੇਗੀ, ਜਿਨ੍ਹਾਂ ਦੇ ਘਰ ਬਹੁਤ ਜ਼ਿਆਦਾ ਜਿੱਥੇ ਚੋਰੀਆਂ ਕਰਦੇ ਸੀ। ਇਹ ਮੋਸਟਲੀ ਵਿਹੜਿਆਂ ਦੇ ਵਿੱਚ ਜਿਵੇਂ ਪ੍ਰਵਾਸੀ ਮਾਈਗ੍ਰੈਂਟ ਕੋਈ ਮਜ਼ਦੂਰ ਆਏ ਸੀ ਉਹਨਾਂ ਨੂੰ ਟਾਰਗੇਟ ਕਰਦੇ, ਸੁੱਤੇ ਪਿਆਂ ਦੇ ਮੋਬਾਈਲ ਫੋਨ ਜਾਂ ਉਹਨਾਂ ਦੇ ਕਮਰੇ ਭੰਨ ਕੇ ਚੋਰੀ ਕਰ ਲੈਣੀ ਜਾਂ ਬੰਦ ਘਰਾਂ ਨੂੰ ਟਾਰਗੇਟ ਕਰਦੇ ਸੀ ਜਿੱਥੇ ਕਿ ਇਹਨਾਂ ਨੂੰ ਲੱਗਦਾ ਸੀ ਅੱਜ ਜਿਹੜੇ ਓਕੂਪੈਂਟ ਉਹ ਕਿਤੇ ਗਏ ਹੋਏ ਨੇ, ਕੋਈ ਵਿਆਹ ਸ਼ਾਦੀ 'ਤੇ ਗਏ ਹੁੰਦੇ ਸੀ, ਕੋਈ ਰਿਸ਼ਤੇਦਾਰੀ ਜਾਂਦੇ ਸੀ, ਘਰਾਂ ਨੂੰ ਟਾਰਗੇਟ ਕਰਕੇ ਚੋਰੀ ਕਰ ਲੈਂਦੇ ਸੀ। ਇਹਨਾਂ ਦੇ ਫੜੇ ਜਾਣ ਉਸ ਇਲਾਕੇ ਨੂੰ ਇੱਕ ਕਾਫ਼ੀ ਵੱਡੀ ਰਾਹਤ ਮਿਲੇਗੀ। ਲੁਧਿਆਣਾ ਤੋਂ ਕੈਮਰਾਮੈਨ ਗਗਨ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।